My name is Amarjot Singh, and I deal with immigration law and related factors in Canada. Aaj apan gal karni hai coronavirus de bare, oda koi connection hai immigration law, koi connection hai ki nahi hai. Case tuhanu show kar rahe hain screen te dekh rahe ho tusi, Ontario March 17 da ek date pai hui hai upar, te tusi search karke apna Google te karke bhi nu kar sakde ho. Baki da naam dasde naam bhi likhya hua hai. Eh mere khayal hai ki case hai ki hai. Mr. Kenton Tristan Kerr, ਇਹਨਾਂ ਨੂੰ ਰਿਮੂਵਲ ਆਰਡਰ ਲੱਗਿਆ ਸੀ ਤੇ ਰਿਮੂਵਲ ਆਰਡਰ ਨੂੰ ਸਟੇ ਕਰਨ ਲਈ ਵਕੀਲ ਨੇ ਇੱਕ ਪਟੀਸ਼ਨ ਫਾਈਲ ਕੀਤੀ ਕਿ ਵੀ ਇਹਨਾਂ ਨੂੰ ਰਿਮੂਵਲ ਰੋਕਿਆ ਜਾਏ. ਕਾਫੀ ਇਹਨਾਂ ਨੇ ਕੁਝ ਰੀਜ਼ਨ ਦਿੱਤੇ, ਲੇਕਿਨ ਇੱਕ ਰੀਜ਼ਨ ਇਹ ਵੀ ਦਿੱਤਾ ਕਿ ਕੋਰੋਨਾ ਵਾਇਰਸ ਕਰਕੇ ਜਿਹੜਾ ਪੈਂਡੇਮਿਕ ਹੋ ਰਿਹਾ ਇਹਦੇ ਕਰਕੇ ਇਹਨਾਂ ਨੂੰ ਰੋਕਿਆ ਜਾਏ. ਸੋ ਹੁਣ ਇਹ ਆਪਾਂ ਦੇਖਣਾ ਇਸ ਕੇਸ ਵਿੱਚ. ਮੈਂ ਬਾਕੀ ਸਾਰੀ ਚੀਜ਼ ਨਹੀਂ ਪੜ੍ਹਨੀ, ਸਿਰਫ ਇਹ ਦੇਖਣਾ ਹੈ ਕਿ ਜੱਜ ਨੇ ਕੋਰੋਨਾ ਵਾਇਰਸ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਬਾਰੇ ਕੀ ਕਿਹਾ ਕਿ ਵੀ ਇਸ ਚੀਜ਼ ਨੂੰ ਲੈ ਕੇ ਆਪਾਂ ਡਿਪੋਰਟੇਸ਼ਨ ਰੋਕ ਦਈਏ ਕਿਉਂਕਿ ਬਿਮਾਰੀ ਦਾ ਕੋਈ ਖਤਰਾ ਇਹਨਾਂ ਨੂੰ ਕਲਾਇੰਟ ਨੂੰ ਨਾ ਲੱਗ ਜਾਏ. ਤੇ ਉਹਦੇ ਬਾਰੇ ਆਪਾਂ ਦੇਖਦੇ ਹਾਂ. ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਲਾਈਨ ਨੰਬਰ 18, ਫਾਈਨਲੀ ਮਿਸਟਰ ਕੇਅਰਸ ਕਾਉਂਸਲ ਰਿਕੁਐਸਟਡ ਦੈਟ ਆਈ ਟੇਕ ਜੁਡੀਸ਼ੀਅਲ ਨੋਟਿਸ ਆਫ ਦ COVID-19 ਪੈਂਡੇਮਿਕ ਐਂਡ ਦ ਵੈਰੀ ਰੀਅਲ ਰਿਸਕ ਆਫ ਇਰਰਿਪੇਅਰੇਬਲ ਹਾਰਮ ਦੈਟ ਦਿਸ ਇਜ਼ ਲਾਈਕਲੀ ਟੂ ਪੋਸਟ ਫੋਰ ਹਿਮ. COVID-19 ਕਰਕੇ ਬਹੁਤ ਤਗੜਾ ਇੱਕ ਇਰਰਿਪੇਅਰੇਬਲ ਹਾਰਮ ਹੋ ਸਕਦਾ ਹੈ ਅਤੇ ਕਿਰਪਾ ਕਰਕੇ ਤੁਸੀਂ ਡਿਪੋਰਟੇਸ਼ਨ ਰੋਕ ਦਿਓ, ਇਹ ਉਹਨਾਂ ਨੇ ਵਕੀਲ ਸਾਹਿਬ ਨੇ ਕਿਹਾ. ਲੇਕਿਨ ਹਾਊਐਵਰ ਇਹ ਜੱਜ ਦੇ ਬਿਆਨ ਹੈ, ਹਾਊਐਵਰ ਵੈਨ ਪ੍ਰੈਸਡ ਫੋਰ ਐਵੀਡੈਂਸ ਰਿਗਾਰਡਿੰਗ ਦ ਰਿਸਕ ਦੈਟ ਹੀ ਇਜ਼ ਲਾਈਕਲੀ ਟੂ ਫੇਸ ਫੋਰ COVID-19 ਵਾਇਰਸ ਐਜ਼ ਅ 28-year-old, ਹਿਸ ਕਾਉਂਸਲ ਵਾਸ ਅਨੇਬਲ ਟੂ ਆਈਡੈਂਟੀਫਾਈ ਐਨੀਥਿੰਗ ਵਾਟਸੋਐਵਰ. Nor did she suggest that Mr. Kerr had any complicating risk factors that may increase the risk that he may face from that virus. As a result, she was unable to demonstrate on a balance of probabilities that Mr. Kerr will suffer irreparable harm associated with COVID-19 pandemic if he is removed to SVG. SVG country, the name is St. Vincent and Grenadines. ਗੱਲ ਸਿਰਫ ਸਮਝ ਵਾਲੀ ਇਹ ਹੈ ਕਿ ਕੋਰੋਨਾ ਵਾਇਰਸ ਕਰਕੇ ਵੀ ਜੋ ਡੇਂਜਰ ਹੋ ਰਿਹਾ ਅੱਜ, ਜਿਹੜਾ ਤੁਹਾਡਾ ਜਿਹੜਾ ਜਾਣਾ ਆਉਣਾ ਬਲੋਕ ਹੋ ਗਿਆ, ਉੱਥੇ ਵੀ ਪ੍ਰੋਬਲਮ ਹੋ ਸਕਦੀ, ਤੁਹਾਡੇ ਕੰਟਰੀ ਵੀ ਪ੍ਰੋਬਲਮ ਹੋ ਸਕਦੀ, ਕੈਨੇਡਾ ਵੀ ਪ੍ਰੋਬਲਮ ਹੈ, ਇਹ ਕੋਈ ਸਫੀਸ਼ੀਐਂਟ ਰੀਜ਼ਨ ਨਹੀਂ ਹੈ ਕਿ ਤੁਹਾਡੀ ਡਿਪੋਰਟੇਸ਼ਨ ਰੁਕ ਜਾਏ. ਬਸ ਮੈਂ ਤੁਹਾਨੂੰ ਇਹੀ ਦੱਸਣਾ ਸੀ ਕਿ ਵੀ ਇਮੀਗ੍ਰੇਸ਼ਨ ਲਾਅ ਇਹਦੇ ਬਾਰੇ ਕੀ ਸੋਚ ਰਿਹਾ, ਜੱਜ ਨੇ ਕੀ ਸੋਚਿਆ. ਸੋ ਇਹੀ ਤੁਹਾਨੂੰ ਮੈਂ ਸ਼ੋਅ ਕਰਨਾ ਸੀ ਕਿ ਵੀ ਕੋਰੋਨਾ ਵਾਇਰਸ ਇੰਨਾ ਜ਼ਿਆਦਾ ਮਹਾਮਾਰੀ ਅਕੋਰਡਿੰਗ ਟੂ ਇਮੀਗ੍ਰੇਸ਼ਨ ਲਾਅ ਨਹੀਂ ਹੈ ਕਿ ਵੀ ਤੁਹਾਡੀ ਡਿਪੋਰਟੇਸ਼ਨ ਰੁਕ ਜਾਏਗੀ. ਦੈਟਸ ਆਲ ਆਈ ਹੈਵ ਟੂ ਸੇ. ਥੈਂਕ ਯੂ ਵੈਰੀ ਮੱਚ. ਅਗਰ ਜੇ ਪੜ੍ਹਨਾ ਹੈ ਤੁਸੀਂ ਕੇਸ ਨੂੰ, ਮੈਂ ਇੱਕ ਲਿੰਕ ਦੇ ਦਿਆਂਗਾ ਥੱਲੇ, ਅਤੇ ਤੁਸੀਂ ਉੱਥੋਂ ਪੜ੍ਹ ਸਕਦੇ ਹੋ. ਬਾਕੀ ਤੁਸੀਂ ਇਸ ਨਾਮ ਨੂੰ, ਆਹ ਜਿਹੜਾ ਨਾਮ ਹੈ, ਇਹ ਨਾਮ ਨੂੰ ਆਪਣਾ ਟਾਈਪ ਕਰਕੇ ਯੂ ਕੈਨ ਸਰਚ ਔਨ ਗੂਗਲ ਐਂਡ ਦੈਨ ਯੂ ਕੈਨ ਰੀਡ ਦ ਕੇਸ. ਥੈਂਕ ਯੂ ਵੈਰੀ ਮੱਚ. ਮੇਰਾ ਇੰਟਰਸਟ ਹਮੇਸ਼ਾ ਤੋਂ ਇਮੀਗ੍ਰੇਸ਼ਨ ਲਾਅ ਦਾ ਰਿਹਾ ਹੈ. ਕੋਈ ਵੀ ਇਮੀਗ੍ਰੇਸ਼ਨ ਲਾਅ ਤੋਂ ਸੰਬੰਧਿਤ ਅਗਰ ਕੋਈ ਕੰਪਲੀਕੇਸ਼ਨ ਹੈ, ਕੋਈ ਪੇਚੀਦਗੀਆਂ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਕ ਡਿਸਕਸ ਕਰਾਂ ਤੁਹਾਡੇ ਨਾਲ, ਜ਼ਰੂਰ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ. ਰਿਸਰਚ ਕਰਕੇ ਤੁਹਾਨੂੰ ਵਧੀਆ, ਸਹੀ, ਲੀਗਲ, ਐਕੂਰੇਟ, ਓਨੈਸਟ ਤੁਹਾਨੂੰ ਓਪੀਨੀਅਨ ਦੇਵਾਂਗੇ. ਥੈਂਕ ਯੂ.